ਗੁਰੂ ਮਾਤਾ ਸ਼ਕੁੰਤਲਾ ਦੇਵੀ ਜੀ ਬਿਰਧ ਆਸ਼ਰਮ ਦਾ શુભ ਆਰੰਭ ਬੇਦੀ ਚੈਰੀਟੇਬਲ ਟਰਸਟ ਵੱਲੋਂ ਬਿਰਧ ਔਰਤਾਂ ਦੇ ਲਈ ਸ਼ਲਾਂਗਾ ਯੋਗ ਕਾਰਜ ਅੱਜ ਮਿਤੀ 18 ਮਾਰਚ 2021 ਦਿਨ ਐਤਵਾਰ ਨੂੰ ਗੁਰੂ ਮਾਤਾ ਸ਼ਕੁੰਤਲਾ ਦੇਵੀ ਜੀ ਬਿਰਧ ਆਸ਼ਰਮ ਦਾ ਸ਼ੁਭ ਆਰੰਭ ਹਜ਼ੂਰ ਬਾਬਾ ਸ਼੍ਰੀ ਦਲੀਪ ਸਿੰਘ ਜੀ ਬੇਦੀ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਵਸ ਦੇ ਸ਼ੁਭ ਅਫਸਰ ਦੇ ਉੱਪਰ ਸਨਮਾਨਯੋਗ ਸਰਦਾਰ ਬਲਵੀਰ ਸਿੰਘ ਜੀ ਸਿੱਧੂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਕਰ ਕਮਲਾ ਦੇ ਨਾਲ ਕੀਤਾ ਗਿਆ ਜਿਸ ਦੇ ਵਿੱਚ ਬੇਦੀ ਚੈਰੀਟੇਬਲ ਟਰਸਟ ਦੇ ਪੈਟਰਨ ਸ਼੍ਰੀ ਅਮਰਜੀਤ ਸਿੰਘ ਜੀ ਮੈਨੇਜਮੈਂਟ ਟਰਸਟੀ ਸ਼੍ਰੀ ਦਵਿੰਦਰ ਕੁਮਾਰ ਵਰਮਾ ਅਤੇ ਮਾਣਯੋਗ ਮੈਂਬਰ ਵੀ ਮੌਜੂਦ ਰਹੇ ਜ਼ਿਕਰਯੋਗ ਹੈ ਕਿ ਇਸ ਬਿਰਧ ਆਸ਼ਰਮ ਦੇ ਕੁਝ ਮੁੱਖ ਉਦੇਸ਼ ਨੇ ਜਿੱਥੇ ਕਿ ਬਿਰਧ ਅਤੇ ਬੇਜ਼ਹਰਾ ਬੀਬੀਆਂ ਦੇ ਲਈ ਇਸ ਨੂੰ ਪੂਰਨ ਤੌਰ ਤੇ ਮੁਫਤ ਰੱਖਿਆ ਗਿਆ ਹੈ ਇਸ ਵਿੱਚ ਕਿ 에어 ਕੰਡੀਸ਼ਨ ਕਮਰਿਆਂ ਦੇ ਵਿੱਚ ਰਹਿਣਾ ਖਾਣ-ਪੀਣ ਅਤੇ ਜ਼ਰੂਰਤ ਦੀਆਂ ਦਵਾਈਆਂ ਦਾ ਮੁਫਤ ਪ੍ਰਬੰਧ ਕੀਤਾ ਜਾਵੇਗਾ। ਇਸ ਚਾਰ ਮੰਜ਼ਿਲਾ ਇਮਾਰਤ ਦੇ 11 ਕਮਰਿਆਂ ਦੇ ਵਿੱਚ 22 ਬਿਰਧ ਔਰਤਾਂ ਦੇ ਰਹਿਣ ਦਾ ਬੰਦੋਬਸਤ ਕੀਤਾ ਗਿਆ ਹੈ ਅਤੇ ਬਿਰਧ ਔਰਤਾਂ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਹਰੇਕ ਕਮਰੇ ਦੇ ਨਾਲ ਅਟੈਚ ਬਾਥਰੂਮ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਲਿਫਟ ਦਾ ਵੀ ਪ੍ਰਬੰਧ ਹੈ। ਬਿੱਦੀ ਚੈਰੀਟੇਬਲ ਟਰਸਟ ਇਨ ਬਿਰਧ ਔਰਤਾਂ ਨੂੰ ਹੋਰ ਵੀ ਵਧੀਆ ਸਹੂਲਤਾਂ ਦੇਣ ਦੇ ਲਈ ਭਵਿਕਦੇ ਵਿੱਚ ਯਤਨਸ਼ੀਲ ਰਹੇਗਾ ਜਿਸ ਦੇ ਕਿ ਆਸ-ਪਾਸ ਦੇ ਲੋਕਾਂ ਦੇ ਵਿੱਚ ਕਾਫੀ ਸراہਣਾ ਕੀਤੀ ਜਾ ਰਹੀ ਹੈ। ਅੱਜ ਸਾਡੇ ਮਹਾਰਾਜ ਦਾ ਜਨਮ ਦਿਨ ਹੈ ਅਸੀਂ ਬ੍ਰਿਦ ਆਸ਼ਰਮ ਦੀ ਓਪਨਿੰਗ ਕਰ ਰਹੇ ਹਾਂ ਸਾਡੇ ਗੁਰੂ ਮਾਤਾ ਜੀ ਦਾ ਨਾਮ ਤੇ ਅਸੀਂ ਸੁਕੰਤਲਾ ਦੇਵੀ ਦੇ ਨਾਮ ਤੇ ਬ੍ਰਿਦ ਆਸ਼ਰਮ ਖੋਲਿਆ ਤੇ ਅੱਜ ਸਾਡੇ ਮਹਾਰਾਜ ਦਾ ਜਨਮ ਬੜੀ ਖੁਸ਼ੀ ਹੈ ਸਾਨੂੰ ਕਿ ਅਸੀਂ ਮਨਾ ਰਹੇ ਹਾਂ ਅੱਜ ਕਾਫੀ ਦਿਨ ਤੋਂ ਅਸੀਂ ਤਿਆਰੀਆਂ ਕਰ ਰਹੇ ਸੀ ਅੱਜ ਸਾਡੇ ਬਾਹ ਮਹਾਰਾਜ ਦਾ ਜਨਮ ਦਿਨ ਅਸੀਂ ਇਸੇ ਕਰਕੇ ਓਪਨਿੰਗ ਅੱਜ ਕਰ ਰਹੇ ਹਾਂ ਅਸੀਂ ਸਾਡੇ ਦਿਲ ਦੇ ਵਿੱਚ ਤਮੰਨਾ ਸੀ ਕਿ ਅਸੀਂ ਬ੍ਰਿਦ ਆਸ਼ਰਮ ਬਣਾਈਏ ਤੇ ਬਜ਼ੁਰਗਾਂ ਦੀ ਸੇਵਾ ਕਰੀਏ ਜਿਹੜੇ ਆਪਣੇ ਬੱਚਿਆਂ ਨੂੰ ਬੱਚੇ ਨਹੀਂ ਪੁੱਛਦੇ ਮਾਪਿਆਂ ਨੂੰ ਉਹਨਾਂ ਦੇ ਵਾਸਤੇ ਅਸੀਂ ਇਹ ਬ੍ਰਿਦਰਸਮ ਖੋਲਿਆ ਹੈ ਲੇਡੀਜ਼ ਜਿਹੜੀਆਂ ਨਾ ਉਹਨਾਂ ਨੂੰ ਬੱਚੇ ਕੇ ਦੇਖਦੇ ਆਂ ਰੋਡਾਂ ਤੇ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਕਰੋ ਰੁੱਲਦੇ ਰਹਿੰਦੇ ਇਸ ਕਰਕੇ ਅਸੀਂ ਬਜ਼ੁਰਗਾਂ ਦਾ ਕੀਤਾ ਵੇ ਲੇਡੀਜ਼ ਦਾ ਇਹ ਸਾਡੇ ਗੁਰੂ ਜੀ ਮਹਾਰਾਜ ਹੈ ਬਾਬਾ ਦਿਲੇਪ ਸਿੰਘ 베ਦੇਜੀ ਮਹਾਰਾਜ ਉਹਨਾਂ ਦੀ ਸੰਸਥਾ ਹੈ ਅਸੀਂ ਇਹ ਦਰਬਾਰ ਇੱਥੇ ਬਣਾਇਆ ਹੈ ਸ੍ਰੀ 베ਦੇ ਸਿੰਘ ਸਭਾ ਦੇ ਨਾਂ ਦਾ ਆਰਾਮ ਦਰਬਾਰ ਹੈ ਜਿੱਤੇ ਹਰ ਹਫਤੇ ਪ੍ਰੋਗਰਾਮ ਚੱਲਦਾ ਹੈ ਇੱਥੇ ਸਾਰੇ ਗਰੀਬਾਂ ਦਾ ਲੰਗਰ ਤਿਆਰ ਹੁੰਦਾ ਆਪਾਂ ਗਰੀਬਾਂ ਨੂੰ ਲੰਗਰ ਛਕਾਉਂਦੇ ਆ 10 11 ਗਰੀਬ ਬੱਚਿਆਂ ਜਿਹੜੇ ਲਾਸਟ 10 ਸਾਲਾਂ ਤੋਂ ਉਹਨਾਂ ਨੂੰ ਪੜਾਈ ਐਜੂਕੇਸ਼ਨ ਫ੍ਰੀ ਦੇ ਰਹੇ ਆ ਉਹਨਾਂ ਕੋਈ ਚਾਰਜ ਨਹੀਂ ਲੈ ਰਹੇ ਆ ਉਹ ਸਾਡੀ ਸਰਦਾ ਸੀ ਕਿੰਨੇ ਆ ਪ੍ਰੋਜੈਕਟ ਐਸੇ ਬਣਾਈਏ ਜਿਹੜੇ ਬਜ਼ੁਰਗਾਂ ਦੀ ਸੇਵਾ ਕਰੀਏ ਆਪਣੇ ਗੁਰੂ ਮਹਾਰਾਜ ਦਾ ਨਾਮ ਉੱਚਾ ਕਰੀਏ ਸੰਸਥਾ ਦਾ ਨਾਮ ਉੱਚਾ ਕਰੀਏ ਇਸ ਦਿਮਾਗ ਦੀ ਚੀਜ਼ ਆਈ ਉਹ ਅਸੀਂ ਅਸੀਂ ਪੂਰਾ ਕੀਤਾ ਹੈ ਉਹ ਮੇਰੇ ਮਾਲਕ ਦੀ ਕਿਰਪਾ ਨਾਲ ਸਾਰੇ ਕਾਰਜ ਹੋ ਰਹੇ ਨੇ ਸਿਰਿ ਬੇਦੇ ਸੰਗ ਸਭਾ ਸੰਸਥਾ ਮੇਨ ਹੈਗੀ ਹੈ ਉਹਦੇ ਬਾਅਦ ਉਹਦੇ ਅੰਡਰ ਜਿਹੜੀ ਆਂਦੀ ਹੈ ਸਿਰਿ ਬੇਦੀ ਚੈਰੀਟੇਬਲ ਟਰਸਟ ਜਿਹੜੀ ਇਹ ਪ੍ਰੋਗਰਾਮ ਕਰ ਰਹੀ ਹੈ ਸਾਡੇ ਗੁਰੂ ਮਾਤਾ ਜੀ ਹੈ ਉਹਨਾਂ ਦੇ ਨਾਮ ਦਾ ਇਹ ਮਰਦਸ਼ਮ ਬਣਾਇਆ ਹੈ ਇਹਦੇ ਵਿੱਚ ਸਾਡੇ ਕੋਲ 11 ਕਮਰੇ ਆ ਜੀ 22 ਲੇਡੀਜ਼ ਦਾ ਇਂਤਜਾਮ ਆ ਅਸੀਂ ਫਿਲਹਾਲ ਜੋ ਸਾਡੀ ਸਵਰਨ ਡਿਸਾਈਡ ਕੀਤਾ 60 ਇਅਰਸ ਤੋਂ ਉੱਪਰ ਲੇਡੀਜ਼ ਰੱਖਾ ਗਿਆ ਸੀ ਕੋਈ ਖਰਚਾ ਨਹੀਂ ਲੈਣਾ ਸੀ ਫ੍ਰੀ ਆਫ ਕਾਸਟ ਆ ਟੋਟਲੀ ਤੇ ਅਸੀਂ ਉਹਨਾਂ ਨੇ ਜੋ ਵੀ ਦੇਖ ਰੇ ਕਰ ਲਈ ਸਾਰਾ ਪੂਰਾ ਪ੍ਰਬੰਧ ਕੀਤਾ ਹੈ ਸਾਡੇ ਕੋਲ ਸਾਡੇ ਕੋਲ 11 ਕਮਰੇ ਬਿਲਕੁਲ ਤਿਆਰ ਆ ਬਾਈ ਲੇਡੀਜ਼ ਅਸੀਂ ਰੱਖ ਸਕਦੇ ਆ ਔਰ ਸਾਡੀ ਪੂਰੀ ਪਲੈਨਿੰਗ ਆ ਸਾਡੀ ਟੀਮ ਤਿਆਰ ਕੀਤੀ ਆ ਚਾਰ ਬੰਦੇ ਦੀ ਜਿਹੜੀ ਬਕਾਇਦਾ ਉਹਨਾਂ ਦੀ ਇੰਟਰਵਿਊ ਲੈ ਕੇ ਸਾਨੂੰ ਰਿਕਮੈਂਡ ਕਰਨਗੇ ਉਸ ਤੋਂ ਬਾਅਦ ਅਸੀਂ ਦੋ ਜਾਣੇ ਉਹਦੀ ਅਪਰੂਵਲ ਦੇਵਾਂਗੇ ਫਿਰ ਉਹ ਲੇਡੀਜ਼ ਨੂੰ ਅਸੀਂ ਇੱਥੇ ਆਪਣੇ ਸਾਰੇ ਕਮਰੇ ਸਾਡੇ AC ਨੇ ਕੋਈ ਮਤਲਬ ਹੈ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਫੈਸਿਲਿਟੀ ਜੇ ਅੱਛਾ ਖਾਣਾ ਕਪੜਾ ਲੱਤ ਹਰ ਚੀਜ਼ਾਂ ਨੂੰ प्रोवाइड करा जो अच्छी तरीके से फूड वो भी प्रोवाइड करा कोई एडमिशन चार्ज नहीं है सब फ्री ऑफ कास्ट सेवा करा साड़ी संस्था का फर्ज बनता है कि अब बुजुर्गों की सेवा करिए अ डेट लाचार ने मजबूर ने साढ़े ये तमन्ना है कि उन्होंने पूरी सेवा करें उन्हीसा ले आशीर्वाद लीए अपना गुरु का नाम उच्चा करिए चंडीगढ़ तो सोनू चांसला के नाल हरदीप कौर विरक की रिपोर्ट चढ़ती कला टाइम टीवी